वो की सही है कोई कपड़ा नहीं दे। चार सौ साल पहले की यहाँ पर आग चली हुई है मच जला हुआ है और ये चार सौ साल गुजर गया अभी तक ये भुझी नहीं है ये अल्लाह वाले की एक करामत है उसे आग, हवा, पानी उसे प्याल और उनका ये आस्थान है ये देखें यहाँ पर मसल्ह भी उनका पिछा हुआ है और ये अंदर का माहौल देखें यहाँ पर दिए जलाए जाते हैं तेल वगैरह भी मौजूद है उनकी तस्वीर भी पड़ी हुई है ਇਹ ਦੇਖ ਸਕਦੇ ਹਾਂ ਪਰ ਧੂਆ ਇਤਨਾ ਹੈ ਕਿ ਇੱਥੇ ਖੜੇ ਨਹੀਂ ਹੋਆ ਜਾ ਸਕਦਾ। ਉਹ ਬਾਬਾ ਮਸਤਾਨ ਸ਼ਾਹ ਰਿਆ ਬੜੀ ਬੜੇ ਸਾਲ ਰਿਆ। ਜੀ। 2 250 ਸਾਲ ਰਿਆ। ਤੇ ਜਿੰਦੀ ਜੋਤ ਹੈ ਦਮ ਜ਼ਿੰਦਾ ਸ਼ਾਹ ਮਦਾਰ ਨਬੀ ਪਾਕ ਦੇ 10 ਮুরীਦ ਨੇ। ਮਕਨਪੁਰ ਉਹਨਾਂ ਦੀ ਮਜ਼ਾਰ ਹੈ ਇੰਡੀਆ ਦੇ ਵਿੱਚ। ਸਹੀ। ਉਥੋਂ ਦੀ ਇਹ ਸ਼ਾਖ ਹੈ। ਉਥੋਂ ਇਹ ਚੰਦੇ ਬਾੜ ਤੋਂ ਮੁਰਸ਼ਿਦ ਜ਼ਾਂਬਰ ਲੱਗਾ ਇੱਥੇ ਆਏ ਨੇ। नाज़न हम इस वक्त मौजूद हैं ज़िला ननकाना साहब के इलाका फ़रीदाबाद में नाज़िन यहाँ पर एक आस्ताना है जो कि 400 सौ कबल एक अल्लाह के वली इंडिया से यहाँ पर हिजरत करके आए थे तो उन इस हवाले से हम जानते हैं हमारे साथ इस वक्त एक बाबा जी मौजूद हैं जो यहाँ पर मज़ार पर होते हैं इस हवाले से हम ये तमाम बातें उनसे जानते हैं असल बाबा जी दसना इस दरबार के हवाले नाल जेड़े अल्लाह के नेक बंदे ने इंडिया तो हिजरत करके ऐसा एक ਕਿੰਨੇ ਸਾਲ ਪਹਿਲੇ ਦੀ ਗੱਲ ਹੈ ਤੇ ਕੀ ਇਸ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਗੱਲ ਹੈ ਅੱਛਾ ਅਸੀਂ ਤਾਂ ਜਨਮ ਵੀ ਨਹੀਂ ਹੋ ਜਦੋਂ ਇਹ ਆਏ ਨੇ ਠੀਕ ਹੈ ਤੇ ਇਹ ਜਿਹੜਾ ਅੰਦਰ ਮਾਚੇ ਚੱਲ ਰਿਹਾ ਹੈ ਮੈਦਾਨ ਜ਼ਿੰਦਾ ਸ਼ਾ ਮਦਾਰ ਦਾ ਹੈ ਅੱਛਾ ਜ਼ਿੰਦਾ ਸ਼ਾ ਦੀ ਜੋਤ ਹੈ ਜੀਉਂਦੀ ਜੋਤ ਹੈ ਦਮ ਜ਼ਿੰਦਾ ਸ਼ਾ ਮਦਾਰ ਨਬੀ پاک ਦੇ 10 ਮੁਰੀਦ ਨੇ ਅੱਛਾ ਮਕਨਪੁਰ ਉਹਨਾਂ ਦੀ ਮਜ਼ਾਰ ਹੈ ਹਮ ਹਮ ਇੰਡੀਆ ਦੇ ਵਿੱਚ ਸਹੀ ਉਥੋਂ ਦੀ ਇਹ ਸ਼ਾਖ ਹੈ ਉਥੋਂ ਇਹ ਚੰਦੇ ਪਹਾੜ ਤੋਂ ਮੁਰਸ਼ਦ ਅੰਬਰ ਲੱਗਾ ਇੱਥੇ ਆਏ ਨੇ ਅੱਛਾ ਇੱਥੇ ਆ ਕੇ ਪਹਿਲੇ ਪਿੰਡ ਬੈਠੇ ਨੇ ਅੱਛਾ ਉਹਨਾਂ ਲੋਕਾਂ ਨੇ ਨਹੀਂ ਮੰਨਿਆ ਵੀ ਇਹ ਅਲਫ ਹੈ ਅੱਛਾ ਉਹ ਮਜਦੂਬ ਸਨ ਗੱਲਾਂ ਨਹੀਂ ਸਹੀ ਜੀ ਕੋਈ ਕੱਪੜਾ ਨਹੀਂ ਸੀ ਉਹਨਾਂ ਦੇ ਅੱਛਾ ਫਿਰ ਇੱਥੇ ਆ ਕੇ ਬੈਠ ਗਏ ਇੱਥੇ ਜਦੋਂ ਬੈਠੇ ਤੇ ਫਿਰ ਜਿੱਥੇ ਫਕੀਰ ਬੈਠ ਕੇ ਆਲਾ ਦਾ ਬੰਦਾ ਉਥੇ ਦੁਨੀਆ ਆਣ ਲੱਗੀ ਅੱਛਾ ਆ ਮੌਜਾਂ ਲੱਗੀਆਂ ਸਹੀ अच्छा ਤੁਸੀਂ ਕਹਿ ਰਹੇ ਉਹਨਾਂ ਤੇ ਮਤਲਬ ਕੱਪੜੇ ਵਗੈਰਾ ਨਹੀਂ ਸੀ ਜਿਸਮ ਤੁਸੀਂ ਕੱਪੜੇ ਤੋਂ ਬਗੈਰ ਮਤਲਬ ਇਸੇ ਵਜ੍ਹਾ ਤੋਂ ਹੀ ਮਤਲਬ ਨੀ ਆਉਂਦੀ ਏ ਸਾਡੇ ਕੋਲੇ ਬੀਬੀਆਂ ਵੀ ਆਉਂਦੀਆਂ ਨੇ ਫਿਰ ਸਾਨੂੰ ਕੱਪੜਾ ਬੰਨਣਾ ਪੈਂਦਾ ਹੈ ਜੀ ਜੀ ਥੱਲੇ ਲੰਗੋਟ ਪਾਇਆ ਹੁੰਦਾ ਹੈ ਜੀ ਜੀ ਠੀਕ ਹੈ ਇਹ ਲੰਗੋਟ ਹੀ ਫਕੀਰ ਨੇ ਨਾਂਗੇ ਹਮਮ ਠੀਕ ਹੈ ਹਾਂ ਕੋਈ ਸ਼ਾਦੀ ਸ਼ੂਦੀ ਵਾਲਾ ਚੱਕਰ ਨਹੀਂ ਹੈ ਸ਼ੇਰਾ ਸਹੀ ਉਹਨਾਂ ਕੋਲ ਬਾਲ ਬੱਚਾ ਤੁਸੀਂ ਬਾਲ ਬੱਚਾ ਜੇ ਠੀਕ ਜੋ ਤੁਹਾਡੇ ਨਸੀਬ ਦਾ ਹੈ ਉਹ ਪਹਿਲੇ ਆ ਗਿਆ ਤੁਹਾਨੂੰ ਮਿਲ ਜਾਣਾ ਹੈ ਜੀ ਅੱਛਾ ਬਾਬਾ ਜੀ ਅਸੀਂ ਦੂਸਰੇ ਦਰਬਾਰਾਂ ਤੇ ਵੀ ਵੇਖਨੇ ਆ ਕਿ ਜਿਹੜੇ ਜਿਹੜੇ ਉੱਥੇ ਖਲੀਫੇ ਹੁੰਦੇ ਨੇ ਉਹ ਕੰਮ ਵਗੈਰਾ ਕਰਦੇ ਹੁੰਦੇ ਨੇ ਲੇਕਿਨ ਇੱਥੇ ਤੁਸੀਂ ਆਹ ਕੰਮ ਬਜਰਦਾਰ ਨੇ ਉਹ ਬਾਬੇ ਬਣ ਕੇ ਬੈਠੇ ਨੇ ਵੱਡੇ ਬਾਬੇ ਜੀ ਸ਼ੇਰਾਂ ਦੀਆਂ ਮਾਰੀਆਂ ਖਾ ਰਹੇ ਨੇ ਇੱਥੇ ਸਾਨੂੰ ਆਪ ਕਰਨੀ ਪੈਂਦੀ ਹੈ ਜੀ ਮਿਹਨਤ ਆਪ ਕਰਨੀ ਪੈਂਦੀ ਹੈ ਅੱਲਾਹ ਅੱਲਾਹ ਵੀ ਕਰਨੀ ਸਾਰਾ ਕੰਮ ਆਪ ਕਰਨਾ ਹੈ ਜੀ ਬਿਲਕੁਲ ਅੱਛਾ ਬਾਬਾ ਜੀ ਜਦੋਂ ਇਹ ਬਾਬਾ ਜੀ ਆਏ ਸਨ बाबा सादिक शाह साहब ਉਸ ਤੋਂ ਬਾਅਦ ਫਿਰ ਆਸਤਾਨਾ ਜਿਹੜਾ ਸੰਭਾਲਿਆ ਫਿਰ ਉਹ ਉਹ बाबा मस्तान शाह ਰਿਆ ਬੜੀ ਬੜੇ ਸਾਲ ਰਿਆ ਜੀ 2 250 ਸਾਲ ਰਹਾ ਜੀ ਫਿਰ ਉਹਦਾ murid ਬਾਲਕਾ ਹੋ ਗਿਆ मस्तान शाह ਫਿਰ ਉਹ ਰਹਿ ਜੀ ਜੀ ਫਿਰ हसन शाह ਆ ਗਿਆ ਉਹ ਵੀ ਉੱਤੋਂ ਹੀ ਆਏ ਉਹ ਸਭ ਜਿਹੜਾ ਨਾ سید ਉਹਨਾਂ ਚੋਂ ਇੱਕ ਹੀ ਹੈ ਜੀ ਉਹ हसन शाह ਦੇ ਪਿੱਛੇ सिਦਕਾ ਦਾ ਸਾਈਂ ਆ ਗਿਆ ਕਿ ਛੋਟਾ ਜਿਹਾ ਬੱਚਾ ਹੀ ਸੀ ਜੀ ਉਹ ਸੰਭਿਆ ਪੜਿਆ ਫਿਰ ਉਹ ਉਹਦਾ ਟਾਈਮ ਆ ਗਿਆ ਠੀਕ ਹੈ ਉਹ ਆਇਆ ਉਹਦੇ ਪਿੱਛੇ ਬਾ ਮਸਕੀਨ ਆਇਆ ਸਾਰੇ ਇਸ ਤਰ੍ਹਾਂ ਹੀ ਆਏ ਨੇ ਇੱਥੇ ਕੋਈ ਜੰਮਿਆ ਨਹੀਂ ਹੈ ਬਾਬਾ ਜੀ ਅੰਦਰ ਜਿੱਥੇ ਮੱਚ ਚੱਲ ਰਿਹਾ ਹੈ ਉੱਥੇ ਮਸੱਲਾ ਵੀ ਪਿਆ ਹੈ ਤਸਬੀਹ ਵੀ ਪਈ ਹੈ ਸਭ ਖੋਜੋ ਉੱਥੇ ਅਲੀ ਅਲੀ ਹੁੰਦੀ ਹੈ ਅਲੀ ਨਬੀ ਦਾ ਨਾਮ ਪੰਜ ਤਨ ਪਾਕ ਦਾ ਅੱਲਾ ਦਾ ਨਾਮ ਉੱਥੇ ਅਲੀ ਅਲੀ ਹੁੰਦੀ ਹੈ ਮੇਰਾ ਸ਼ੇਰ ਜੀ ਤੁਸੀਂ ਵੀ ਉੱਥੇ ਬੈ ਕੇ ਹੀ ਬਾਤ ਉੱਥੇ ਹੀ ਕਰਨੀ ਹੈ ਬਾਤ ਬੈਠ ਕੇ ਠੀਕ ਹੈ ਐ ਵੇਖ ਲਓ ਕਿ ਅਸੀਂ ਉੱਥੇ ਤਕਰੀਬਨ ਕੁਛ देर ਵੀ ਨਹੀਂ ਰੁਕ ਸਕੇ ਧੂਏ ਦੀ ਵਜ੍ਹਾ ਤੋਂ। ਕੀ ਹੁੰਦੀ ਜੋਤ ਹੈ? ਆਸ਼ਕਾਨ ਉਹਦਾ ਨਾਮ ਹੈ। ਜੀ। ਅਰਸ਼ਾਂ ਤੋਂ ਚਾਰ ਤੂਣੀਆਂ ਉਤਰੀਆਂ ਨੇ। ਅੱਛਾ। ਇੱਕ ਸਾਧਗਾਨ ਹੈ ਇਹ ਆਸ਼ਕਾਨ ਹੈ। ਸਾਦਰ ਕਲੰਦਰ ਦਾ ਘਰ ਹੈ। ਅੱਛਾ। ਆਹ। ਇਹ ਜਿਹੜੀ ਮਾਚੇ ਇੱਕ ਮਤਲਬ ਮੁੱਢੀ ਵਗੈਰਾ ਜਿਹੜੀ ਹੈ ਉਸ ਦੁਬਾਰਾ ਆਪਣੀ ਚੱਲ ਗਈ ਪਿੱਛੇ ਹੋਰ ਲਾਤੀ। ਅੱਛਾ। ਜਦੋਂ ਉਹ ਚੱਲ ਗਈ ਪਿੱਛੇ ਹੋਰ ਲਾਏ ਡਿਊਟੀ ਹੈ ਉੱਤੇ ਦਿਨ ਰਾਤ ਉਹਦੇ ਉੱਤੇ ਡਿਊਟੀ ਹੈ। ਉੱਥੇ ਆਲੇ-ਆਲੇ ਕਰਨਾ ਹੀ ਉੱਥੇ ਮੁੱਢੀ ਮਾਚ ਸਭ ਕੁਝ ਆਪ ਕਰਨਾ। ਅੱਛਾ। ਇਹਦੀ ਖਾਕ ਬਾਰੇ ਕਿਹਾ ਜਾ ਰਿਹਾ ਕਿ ਉਹ ਸ਼ਿਫਾ ਉਥੇ ਅੱਗ ਜੀ ਹਵਾ ਜੀ ਪਾਣੀ ਉਸੇ ਪਿਆ ਲੋਟੇ ਚ ਜੀ ਬਿਲਕੁਲ ਮਿੱਟੀ ਬਿਲਕੁਲ ਪੰਜਵਾ ਹੁਕਮ ਹੈ ਰੱਬੀ ਸਭ ਕੁਝ ਉਥੇ ਜੀ ਉਥੇ ਬੈਠ ਕੇ ਬਾਤ ਕਰਨੀ ਠੀਕ ਹੋ ਗਿਆ जी नासीन ना आपने गुफ्तु सुनी बाबा जी की इस मज़ार के हवाले से जो बुज़ुर्ग अल्लाह के आए थे इंडिया से किस तरह से यहाँ पर आए उन्होंने यहाँ पर अपना आस्थाना बनाया और ये देख सकें देख सकते हैं कि ये जो मच चल रहा है तकरीबन ये चार सौ पाँच सौ साल के करीब का यहाँ पर जैसे ही वो पीर साहब अपना मच ये लेकर आए थे आज भी यहाँ पर यह जल रहा है और इसको तामत ता जो है वो जलाया जाएगा देख सकते हैं किस तरह से मच आज भी ये मौजूद है جی ناظرین اس ویڈیو کے بارے میں آپ کیا کہنا چاہیں گے کمنٹ سیکشن میں اپنی رائے ضرور دیجیے گا اس کے ساتھ شکیل چشتی کو دیجیے اجازت ملتے ہیں نیکسٹ ویڈیو میں اپنا خیال رکھیے گا اللہ حافظ